ਇਹ ਤੇਰੇ ਬਾਪ ਦਾ ਆਫਿਸ ਹੈ, ਇਹ ਤੇਰੇ ਬਾਪ ਦਾ ਆਫਿਸ ਹੈ, ਇਹ ਤੇਰੇ ਬਾਪ ਦਾ ਆਫਿਸ ਹੈਗਾ ਵੀ ਤੂੰ ਸਾਰਿਆਂ ਨੂੰ ਬਾਹਰ ਕੱਢਦਾ ਪਹਿਲਾਂ ਲੈਣ ਦੱਸ। ਉਹਦੇ ਨਾਲ ਗੱਲ ਕਰਦਾ ਪਹਿਲਾਂ ਤੂੰ ਆਨਲਾਈਨ ਸਰਚ ਕਰਨਾ ਸਾਰਿਆਂ ਨੇ ਕੀ ਸਰਚ ਬਾਹਰ ਚਲੋ ਸਾਰੇ ਜਾਣੇ ਕੀ ਗੱਲ ਜੀ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਸਟਿੰਗ ਕਰਨ ਦੇ ਚੱਲਦਿਆਂ ਹਮੇਸ਼ਾ ਹੀ ਸੁਰਖੀਆਂ 'ਚ ਰਹਿੰਦੇ ਨੇ। ਹੁਣ ਸਿਮਰਜੀਤ ਸਿੰਘ ਬੈਂਸ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨਾਲ ਉਲਝਦੇ ਨਜ਼ਰ ਆ ਰਹੇ ਨੇ। ਪਹਿਲਾਂ ਤੁਸੀਂ ਵੀ ਸੁਣੋ ਬੈਂਸ ਅਤੇ ਡਿਪਟੀ ਕਮਿਸ਼ਨਰ ਦੇ ਵਿਚਾਲੇ ਹੋਈ ਹੈ ਤਕਰਾਰ। ਫੋਟੋ ਨਿਊਜ਼ਪੇਪਰ ਛਪੀ ਹੋਈ ਹੈ ਜੀ ਸਾਹਿਬ, ਜੀ ਸਾਹਿਬ ਮੈਂ ਮਾਲੀ ਉਹਨਾਂ ਦੇ ਨਾਲ ਗੱਲ ਕਰ ਲੈਣਾ, ਮੈਂ ਜਿਹੜੀ ਗੱਲ ਕਰਦਾ ਪਹਿਲਾਂ ਉਹਦੇ ਨਾਲ ਗੱਲ ਕਰਨਾ, ਪਹਿਲਾਂ ਤੂੰ ਆਨਲਾਈਨ ਸਰਚ ਕਰਨਾ ਸਾਰਿਆਂ ਨੇ ਕੀ ਸਰਚ ਬਾਹਰ ਚਲੋ ਸਾਰੇ ਜਾਣੇ ਕੀ ਗੱਲ ਜੀ ਇਹ ਤੇਰੇ ਬਾਪ ਦਾ ਆਫਿਸ ਹੈਗਾ ਵੀ ਤੂੰ ਸਾਰਿਆਂ ਨੂੰ ਬਾਹਰ ਕੱਢਣਾ ਪਹਿਲਾਂ ਲੈ ਦੱਸ ਪਲੀਜ਼ ਕਾਈਂਡਲੀ। ਇਹ ਸਾਡਾ ਲੋਕਾਂ ਦਾ ਆਧਾਰ ਹੈ ਤੇ ਤੂੰ ਲੋਕਾਂ ਦੇ ਆਧਾਰੇ ਜੋ ਲੋਕਾਂ ਨੂੰ ਕਹਿੰਦਾ ਵੀ ਬਾਹਰ ਚਲੋ, ਮੈਂ ਵੈਸਾ ਇਸ ਤਰ੍ਹਾਂ ਮਾੜੀ ਮੋਟੀ ਅਫਸਰ ਸਾਹਿਬ ਦੀ ਲਿਆਕਤ ਤੇ ਗੱਲ ਕਰ ਰਿਹਾ, ਆਪ ਆਪ ਕਰਕੇ ਬਾਤ ਕਰ ਰਿਹਾ। ਤਿੰਨ ਸਵੇਰ ਦਾ ਕਿੰਨੇ ਜਿਹੜੇ ਕੱਢ ਰਹੇ, ਮੈਂ ਹੁਣ ਤੁਸੀਂ ਮੈਨੂੰ ਕਹਿ ਰਹੇ ਹੋ ਮੈਂ ਤੇਰੇ ਨਾਲ ਗੱਲ ਨਹੀਂ ਕਰਨੀ, ਮੈਂ ਹੁਣ ਨਹੀਂ ਕਰਨੀ ਗੱਲ, ਤੂੰ ਨਾ ਕਰ ਬਸ ਠੀਕ ਬੈਠੇ ਰਹੀ, ਤੂੰ ਮੇਰੇ ਨਾਲ ਨਹੀਂ ਗੱਲ ਕਰਨੀ ਤਾਂ ਕਿ ਇਸ ਤਰ੍ਹਾਂ ਦੀ ਸਾਡੇ ਕੋਲੇ ਡੀ ਸਾਹਿਬ ਹੈਗਾ ਗੱਲ ਸੁਣਾਉਣ ਦਾ ਤਰੀਕਾ ਠੀਕ ਹੈ, ਮੇਰੇ ਕੋਲੇ ਨਹੀਂ ਹੋ ਸਾਡੇ ਕੋਲੇ ਹੈਗਾ, ਬਾਤ ਕਰ ਰਹੇ ਠੀਕ ਨਹੀਂ ਹੈ। ਜਾਣਕਾਰੀ ਮੁਤਾਬਕ ਸਤਨਾਮ ਸਿੰਘ ਨਾਮੀ ਵਿਅਕਤੀ ਆਪਣੇ ਕਿਸੇ ਰਿਸ਼ਤੇਦਾਰ ਦੀ ਲਾਸ਼ ਲੈਣ ਲਈ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ, ਪਰ ਕਿਤੇ ਵੀ ਉਸ ਦੀ ਸੁਣਵਾਈ ਨਹੀਂ ਹੋਈ। ਜਦੋਂ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦੇ ਕੋਲ ਆਪਣੀ ਅਰਜ਼ ਲੈ ਕੇ ਪਹੁੰਚਿਆ ਤਾਂ ਉੱਥੇ ਵੀ ਉਸ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਡਿਪਟੀ ਕਮਿਸ਼ਨਰ 'ਤੇ ਸਹੀ ਤਰੀਕੇ ਨਾਲ ਪੇਸ਼ ਨਾ ਆਉਣ ਅਤੇ ਦਫ਼ਤਰ 'ਚੋਂ ਬਾਹਰ ਕੱਢਣ ਦੇ ਇਲਜ਼ਾਮ ਲਗਾਏ ਨੇ। ਇਸ ਮਾਮਲੇ ਨੂੰ ਲੈ ਕੇ ਜਦੋਂ ਸਿਮਰਜੀਤ ਸਿੰਘ ਬੈਂਸ ਡਿਪਟੀ ਕਮਿਸ਼ਨਰ ਦੇ ਦਫ਼ਤਰ ਪਹੁੰਚੇ ਤਾਂ ਮਾਮਲਾ ਹੋਰ ਵੀ ਗਰਮਾ ਗਿਆ। ਡਿਪਟੀ ਕਮਿਸ਼ਨਰ ਨਾਲ ਹੋਈ ਬਹਿਸ ਦੌਰਾਨ ਬੈਂਸ ਦਾ ਪਾਰਾ 7ਵੇਂ ਆਸਮਾਨ 'ਤੇ ਚੜ੍ਹ ਗਿਆ ਅਤੇ ਗੁੱਸੇ 'ਚ ਆਏ ਸਿਮਰਜੀਤ ਬੈਂਸ ਨੇ ਡਿਪਟੀ ਕਮਿਸ਼ਨਰ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਇਹ ਤੇਰੇ ਬਾਪ ਦਾ ਆਫਿਸ ਹੈ ਜੋ ਤੂੰ ਸਾਰਿਆਂ ਨੂੰ ਬਾਹਰ ਕੱਢਦਾ ਹੈ। ਖੁਦ ਰਿਕਾਰਡ ਕੀਤੀ, ਤੁਹਾਡੇ ਕੋਲ ਰਿਕਾਰਡ ਹੋਣੀ ਚਾਹੀਦੀ, ਸਭ ਕੁਝ ਰਿਕਾਰਡ ਤੇ ਹੈਗਾ, ਸਾਨੂੰ ਰਿਕਾਰਡ ਨਾ ਸਿਖਾਓ। ਨਹੀਂ 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 ਮੈਂ ਤਾਂ ਹੀ ਕਹਿੰਦਾ ਤੂੰ ਆਉਂਦਿਆਂ ਨੂੰ ਕਵੇਂ ਵੀ ਚਲੋ ਮੈਂ ਡੀਸੀ ਸਾਹਿਬ ਬੈਠਾ, ਚਲੋ ਬਾਹਰ ਸਾਰੇ ਜਣੇ ਵਾਏ। ਮੈਂ ਆਪ ਜੀ ਨੂੰ ਆਪ ਕਰਕੇ ਗੱਲ ਕਰ ਰਿਹਾ ਤੇ ਮੈਂ ਵੀ ਆਪ ਹੀ ਡੀਸੀ ਸਾਹਿਬ ਹੀ ਕਹਿ ਰਿਹਾ ਤੈਨੂੰ, ਮੈਂ ਕੋਈ ਮਾੜਾ ਨਹੀਂ ਕਹਿ ਰਿਹਾ ਤੈਨੂੰ। ਤੁਸੀਂ ਮੈਨੂੰ ਆਂਦੇ ਹੀ ਅਭੀ ਖੁਦ ਕਹਿ ਰਹੇ ਹੋ ਬਾਪ ਦਾ ਦਾ, ਤੂੰ ਮੈਂ ਹੁਣ ਵੀ ਕਹਿ ਰਿਹਾ, ਮੈਂ ਤਾਂ ਹੁਣ ਵੀ ਕਹਿ ਰਿਹਾ ਜਿਸ ਤੇਰੇ ਪਰਸਨਲ ਆਫਿਸ ਦੇ ਡੀਸੀ ਸਾਹਿਬ ਆਵਾਂਗੇ ਉੱਥੇ ਕਹੀਂ ਬਾਹਰ ਚੱਲ, ਇੱਥੇ ਨਹੀਂ, ਗਲਤ। ਇਹ ਮੌਕੇ ਦੀ ਗਵਰਨਮੈਂਟ ਦਾ ਪ੍ਰੈਸ਼ਰ ਹੈ ਜੀ, ਕੋਈ ਪ੍ਰੈਸ਼ਰ ਨਹੀਂ ਹੈ ਸਾਡੇ ਤੇ। ਤੁਸੀਂ ਮੈਨੂੰ ਕਹਿ ਰਹੇ ਹੋ ਕਿ ਮੈਂ ਵੀ ਕਿਆ ਚਾਹਦਾ ਵੀ ਐਮਐਲਏ ਦਾ ਹੋਇਆ ਤੁਹਾਡਾ ਪੱਤਰਕਾਰ ਸਭੋ ਕਰਦਾ ਨਾ, ਪੱਤਰਕਾਰ ਨੂੰ ਤੂੰ ਫੋਟੋ ਲਾਈ ਭਾਈ, ਕਿੱਥੋਂ ਲਈ ਫੋਟੋ, ਕਿੱਧਰ ਗਿਆ ਪੇਸ਼ ਇਹ ਡੈਡ ਬੋਡੀ? ਸਾਡਾ ਕੰਮ ਥੋੜਾ ਹੁਣ ਤੁਹਾਡਾ ਕੰਮ ਹੈ, ਤੁਸੀਂ ਇੱਥੇ ਸਾਰੇ ਤੁਹਾਨੂੰ ਕਹਿ ਸਕਦੇ ਤਾਂ ਆਪ ਪਬਲਿਕ ਨਾਲ ਕਿੰਨੀ ਵਾਰੀ ਕਰਦੇ ਹੋਣਗੇ, ਸਾਡੇ ਵਰਗੇ ਬੰਦੇ ਨਾਲ ਕੀ ਕਰਦੇ ਹੋਣਗੇ, ਸਾਨੂੰ ਵਾਹ ਅੱਜ ਪੌੜੀਆਂ ਨਹੀਂ ਚੜਨ ਦੇਣਾ ਬੋੜੀ ਮੈਨੂੰ ਨੀ ਕੋਈ ਫਰਕ ਹੈਗਾ, ਤੂੰ ਆਏ ਲੋਕਾਂ ਨੂੰ ਕਹਿ ਬਾਹਰ ਚੱਲੋ। ਵੈਰੀ ਗੁੱਡ, ਛੱਡੋ ਜੀ ਕੋਈ ਸਿਰਫ ਆਏ ਆ ਵੀ ਆ ਡੈਡ ਬੋਡੀ ਦਾ ਪਤਾ ਕਰ, ਇੰਨੀ ਗੱਲ ਹੀ ਹੈਗੀ ਆ।
ਗੱਲ ਕਰਦੇ ਹਾਂ। ਇਹ ਸ਼ਾਊਟਿੰਗ ਬਾਹਰ ਚਲੋ ਬਾਹਰ ਚਲੋ ਬਾਹਰ ਚਲੋ ਨਹੀਂ ਨਹੀਂ ਬਾਹਰ ਨਹੀਂ ਮਾਈ ਗੋਡ ਅਖਬਾਰ ਆ ਗਿਆ, ਅਖਬਾਰ ਚ ਫੋਟੋ ਆ ਗਈ। ਹਜੇ ਤੱਕ ਆਪਣੇ ਕੋਲੋਂ ਇਹ ਪੱਤਰਕਾਰ ਜਿਹੜਾ ਫੋਟੋਗ੍ਰਾਫਰ ਹੈਗਾ ਹਜੇ ਤੱਕ ਡਿਟੈਕਟ ਨਹੀਂ ਹੋਇਆ ਵੀ ਕੌਣ ਹੈਗਾ। ਇਹ ਵਿਚਾਰਾ ਕਿੱਥੇ ਜਾਵੇ? ਫੈਮਿਲੀ ਦਾ ਜਿਹੜਾ ਅੰਮ੍ਰਿਤਸਰ ਵੀ ਹੋ ਗਿਆ ਜੀ, ਅੰਮ੍ਰਿਤਸਰ ਵੀ ਹੋ ਗਿਆ, ਅੰਮ੍ਰਿਤਸਰ ਵੀ ਜਾ ਕੇ ਨੁਕਸਾਨ ਹੋਇਆ, ਕਿਰਾਇਆ ਕੀ ਨੇ ਪੈਸਾ? ਇੱਕ ਵਾਰ ਮੇਰੀ ਗੱਲ ਸੁਣ ਲਿਓ, ਇਹ ਬੰਦੇ ਨੂੰ ਅਸੀਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ, ਸਾਡੇ ਕੋਲ 11 ਵਜੇ ਪਤਾ ਲੱਗਿਆ। ਇਹ ਸੁਣ ਲਿਓ, ਹੁਣ ਮੇਰੀ 2 ਮਿੰਟ ਗੱਲ ਸੁਣ ਲਿਓ। ਸੁਣਾਓ ਲਾਸ਼ ਲੈਣ ਲਈ ਭਟਕ ਰਹੇ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਇਹ ਇਲਜ਼ਾਮ ਵੀ ਲਗਾਏ ਨੇ ਕਿ ਅਧਿਕਾਰੀਆਂ ਵੱਲੋਂ ਧੱਕੇ ਨਾਲ ਕਿਸੇ ਹੋਰ ਦੀ ਲਾਸ਼ ਦੀ ਸ਼ਨਾਖਤ ਉਹਨਾਂ ਤੋਂ ਕਰਵਾਈ ਜਾ ਰਹੀ ਹੈ। ਲੜਕਾ ਉਹਨਾਂ ਗੱਲ ਕਰੀ ਚਲੋ ਪ੍ਰੈਸ਼ਰ ਪਾਇਆ ਜਾ ਰਿਹਾ ਬਾਰ ਬਾਰ ਵੀ ਇਹੀ ਤੇਰੇ ਫਾਦਰ ਇਸ ਮਾਮਲੇ ਚ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦਾ ਕੀ ਕਹਿਣਾ ਹੈ ਤੁਸੀਂ ਉਹ ਵੀ ਸੁਣੋ। ਗਿਆ ਤੁਸੀਂ ਆਪਣੀ ਗੱਲ ਸੁਣਾਓ। ਇਹਨਾਂ ਦਾ ਸਾਨੂੰ ਪਤਾ ਲੱਗਿਆ ਕਿ ਇੱਕ ਬੰਦਾ ਇਹਨਾਂ ਦਾ, ਸਾਡੇ ਜਿਹੜੇ 2 ਅਨਆਈਡੈਂਟੀਫਾਈਡ ਬਾਡੀਜ਼ ਹੈ, ਇਹਨਾਂ 'ਚ ਬੰਦਾ ਆਪਣਾ ਲੱਭ ਨਹੀਂ ਪਾ ਰਿਹਾ। ਅਸੀਂ ਇਹਨਾਂ ਨੂੰ ਪੁੱਛਿਆ ਕਿ ਬਾਈ ਤੁਹਾਨੂੰ ਕਿਸ ਤਰ੍ਹਾਂ ਪਤਾ ਕਿ ਤੁਹਾਡਾ ਬੰਦਾ ਹੋ ਸਕਦਾ ਜਿੰਦਾ ਹੀ ਹੋਏ ਕਿਤੇ ਹੋਏ, ਤੁਹਾਨੂੰ ਕਿੱਦਾਂ ਪਤਾ ਲੱਗਿਆ ਸਾਡੀ 23 ਬਾਡੀਜ਼ ਹੈ, ਤੁਹਾਡਾ ਬੰਦਾ ਨਹੀਂ ਮਿਲ ਰਿਹਾ? ਹਾਊ ਯੂ ਆਰ ਸਰਟਨ ਕਿ ਤੁਹਾਡਾ ਬੰਦਾ ਇਸ ਹਾਦਸੇ 'ਚ ਸ਼ਾਮਿਲ ਸੀਗਾ? ਇਹਨਾਂ ਨੇ ਸਾਨੂੰ ਦੱਸਿਆ ਕਿ ਭਾਸਕਰ ਦੇ ਪੇਪਰ 'ਚ ਇੱਕ ਫੋਟੋ ਛੱਪੀ ਸੀ। ਹੁਣ ਅਸੀਂ ਇਹਨਾਂ ਨੂੰ ਆਪਣੀ ਸਾਰੀ ਫੋਟੋਆਂ ਦਿਖਾਤੀ ਜਿਹੜੇ ਸਾਡੇ ਜਿਹੜੇ 23 ਬੰਦੇ ਆਏ ਸੀਗੇ, ਕਿ ਬਈ ਇਹਨਾਂ 'ਚ ਕੋਈ ਬੰਦਾ ਮਿਸਆਈਡੈਂਟੀਫਾਈ ਹੋ ਗਿਆ ਹੋਵੇ, ਤੁਹਾਡਾ ਬੰਦਾ ਹੋਵੇ, ਇਹਨਾਂ ਨੇ ਸਾਰੇ ਦੇਖ ਲਏਗਾ ਅਤੇ ਸਾਡਾ ਬੰਦਾ ਇਹਦੇ 'ਚ ਨਹੀਂ ਹੈ। ਹੁਣ ਸਾਡੇ ਕੋਲ ਕੋਈ ਤਰੀਕਾ ਨਹੀਂ ਹੈ ਸਿਵਾਏ ਭਾਸਕਰ ਵਾਲੇ ਬੰਦੇ ਨੂੰ ਪੁੱਛਣ ਦੇ ਲਈ ਕਿ ਕਿਹੜੇ ਬੰਦੇ ਦੀ ਫੋਟੋ ਖਿੱਚੀ ਹੈ। ਆ ਤਾਂ ਅਸੀਂ ਉਹਨਾਂ ਨੂੰ ਬੁਲਾ ਰਹੇ ਨਾ, ਵੀ ਇਹ ਡਿਸਕਸ ਕਰ ਰਹੇ ਸੀਗੇ। ਹੁਣ ਮੈਂ ਤਾਂ ਕਹਿੰਦਾ ਸੁਬਾ ਦੀ ਅਖਬਾਰ ਆਈ ਹੈ, ਜਦੋਂ ਆਪਾਂ ਪਹਿਲੇ ਤੋਂ ਆਪਾਂ ਪਹਿਲੇ ਪਤਾ ਕਰਨ ਤੋਂ ਬਾਅਦ ਹੀ ਕਰਾਂਗੇ ਨਾ, ਸੁਬਹੇ ਤੋਂ ਆਪਾਂ, ਮੈਂ ਤਾਂ ਮਨਾ ਹੀ ਨਹੀਂ ਕਰ ਰਿਹਾ। ਖੁਦ ਆ ਗਏ, ਮੈਂ ਇਹ ਕਹਿ ਰਿਹਾ ਮੇਰਾ ਹੋਰ ਕੋਈ ਗ੍ਰੀਵੈਂਸ ਨਹੀਂ ਹੈਗਾ, ਮੇਰਾ ਇਹ ਆ ਵੀ ਸੁਬਾ ਦੀ ਅਖਬਾਰ ਆਈ ਹੋਈ ਆ ਹਜੇ ਤੱਕ ਪੱਤਰਕਾਰ ਦੋਸਤ। ਅੱਛਾ ਇੱਕ ਸੈਕਿੰਡ, ਵੈਸੇ ਸਵੇਰੇ ਤੋਂ ਤੁਸੀਂ, ਅਸੀਂ ਕੁਛ ਨਹੀਂ ਕਰ ਰਹੇ ਹੁੰਦੇ, ਸਾਨੂੰ ਕਿੱਦਾਂ ਤੁਹਾਡੇ ਫੋਟੋ ਦਿਖਾਉਣ ਤੋਂ ਪਹਿਲਾਂ ਕਿੱਦਾਂ ਪਤਾ ਭਾਸਕਰ ਦੀ ਫੋਟੋ? ਸਰ ਮੈਂ ਮੰਨ ਲਈ ਤੁਹਾਡੀ ਗੱਲ, ਇਹਦਾ ਮਤਲਬ ਅਸੀਂ ਆਪਣੇ ਕੁਝ ਮੈਂ ਕਹਿੰਦਾ ਵੀ ਹਜੇ ਤੱਕ ਪੱਤਰਕਾਰ ਫੋਟੋਗ੍ਰਾਫਰ ਪੁੱਛ ਪੜਤਾਲ ਨਹੀਂ ਹੈ ਭਾਈ ਤੂੰ ਫੋਟੋ ਆਲਰੇਡੀ ਸੈਂਟ ਜੀ ਆਪਣੇ DPRO ਨੂੰ ਕਹਿਤਾ, ਉਹ ਆਜ਼ਾਦ ਸ਼ਰਮਾ ਜੀ ਜਿਹੜੇ ਵੀ ਇੱਥੇ ਦੇ ਲੋਕਲ ਬਟਾਲਾ ਨੇ ਫੋਟੋ ਲਗਾਈ ਹੈ ਉਸ ਤੋਂ ਪਤਾ ਕਰੋ ਕੌਣ ਬੰਦਾ ਹੈ। ਆਲਰੇਡੀ ਭੇਜਤਾ, ਤੁਸੀਂ ਨਹੀਂ ਵੀ ਆਉਂਦੇ ਤਾਂ ਵੀ ਅਸੀਂ ਇਸੇ ਬੰਦੇ ਨੂੰ ਲੱਭ ਰਹੇ ਨੇ। ਆਪਾਂ ਕਈ ਵਾਰ ਬਸ ਉਹਦਾ ਨਰਾ
ਮੈਂ ਵੀ ਮੈਨੂੰ ਵੀ ਪਤਾ ਇਹਨਾਂ ਦਾ ਦੁੱਖ ਤੇ ਮੈਂ 4 ਵਜੇ ਤੋਂ ਇੱਥੇ ਹੀ ਬੈਠਿਆ ਜੀ ਕੱਲ ਸ਼ਾਮ ਦਾ ਮੈਂ ਇਹਨਾਂ ਦੇ ਮਗਰ ਘੁੰਮ ਰਿਹਾ ਮੈਂ ਚਾਹੁੰਦਾ ਇਹਨਾਂ ਨੂੰ 1% ਵੀ ਦਿੱਕਤ ਨਾ ਹੋਏ ਮੈਂ ਖੁਦ ਆਈਡੈਂਟੀਫਾਈ ਕਰਕੇ ਇਹਨਾਂ ਨੂੰ ਦੇਵਾਂਗਾ ਬਟ ਮੈਂ ਇਹਨਾਂ ਨੂੰ ਬਾਰ ਬਾਰ ਇਹ ਕਹਿ ਰਿਹਾ ਜੀ ਪ੍ਰਾਈਵੇਟ ਹਸਪੀਟਲ ਦੱਸਦਿਆਂ ਇਹਨਾਂ ਨੂੰ ਪੁੱਛਿਆ ਪ੍ਰਾਈਵੇਟ ਹਸਪੀਟਲ ਲਗਵਾ ਲਈ ਸਾਰੇ ਪੂਰਾ ਮਾਮਲਾ ਕੀ ਹੈ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਇੱਥੇ ਇੱਕ ਸਵਾਲ ਇਹ ਖੜਾ ਹੁੰਦਾ ਹੈ ਕਿ ਇਸ ਤਰ੍ਹਾਂ ਕਿਸੇ ਡਿਪਟੀ ਕਮਿਸ਼ਨਰ ਵੱਲੋਂ ਆਪਣੀ ਫਰਿਆਦ ਲੈ ਕੇ ਆਏ ਹੋਏ ਲੋਕਾਂ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰਨਾ ਕਿੰਨਾ ਕੁ ਜਾਇਜ਼ ਹੈ ਬਿਊਰੋ ਰਿਪੋਰਟ D5 ਚੈਨਲ ਪੰਜਾਬੀ